14 ਤਰੀਕ ਦੇ ਦਿਨ ਮਿਊਨਿਸਪੈਲਿਟੀ ਵਿੱਚ ਕਿਸੇ ਆਪਦੇ ਕਾਰੋਬਾਰ ਕੰਮ ਦੇ ਸੰਬੰਧ ਵਿੱਚ ਜੋ ਮੇਰੀ ਐਪਲੀਕੇਸ਼ਨ ਦਿੱਤੀ ਵੀ ਸੀ ਉਹਦੇ ਬਾਰੇ ਪਤਾ ਕਰਨ ਗਿਆ ਸੀ ਤੇ ਉਦੋਂ ਬਾਅਦ ਮੈਨੂੰ ਜਦੋਂ ਮੈਂ ਲੈਣ ਗਿਆ ਮੈਨੂੰ ਕਹਿੰਦੇ ਤੈਨੂੰ ਕਾਨੂੰਨ ਸਿਖਾਉਣੇ ਆ ਤੇ ਮੈਨੂੰ ਕਮਰੇ 'ਚ ਬੰਦ ਕਰ ਲਿਆ ਬੰਦ ਕਰਕੇ ਮੈਨੂੰ ਡਾਂਗਾਂ ਨਾਲ ਕੁੱਟਿਆ ਅਤੇ ਮੇਰੀ ਪੱਗ ਲਾਹਤੀ ਅਤੇ ਮੇਰੀ ਦਾਦਾ ਸਾਹਿਬ ਨੂੰ ਪੈਣ ਲੱਗੇ ਤਾਂ ਮੈਂ ਦਾਦਾ ਸਾਹਿਬ ਦਾ ਬਚਾਅ ਕਰਦੇ ਹੋਏ ਇਹਨਾਂ ਨੂੰ ਬਾਬੂ ਸਿੰਘ ਬਰਨਾਲਾ ਇਕਾਈ ਦੇ ਪ੍ਰਧਾਨ ਹੈ ਜੋ ਉਹ ਪਹੁੰਚ ਗਏ ਕਿਉਂਕਿ ਮੈਨੂੰ ਉਹਨਾਂ ਨੇ 10 ਮਿੰਟ ਦਾ ਸਮਾਂ ਦਿੱਤਾ ਸੀ ਉਹ ਕਹਿੰਦੇ 10 ਮਿੰਟ ਤੁਹਾਨੂੰ ਦਿੱਤੇ ਜਿਹਨੂੰ ਮਰਜ਼ੀ ਬੁਲਾ ਲੈ ਅਤੇ ਉਹ ਦਰਾਣੇ ਪਹੁੰਚ ਗਏ ਇਹਨਾਂ ਨੇ ਆ ਕੇ ਮੈਨੂੰ ਛੁੜਾਇਆ ਛੁੜਾ ਕੇ ਮੈਨੂੰ ਹਸਪਤਾਲ 'ਚ ਲੈ ਗਏ ਆਹ ਕਹਾਣੀ ਇਹ ਜਿਹੜਾ ਬਰਨਾਲੇ ਇੱਥੇ ਧਰਨਾ ਲਾਇਆ ਹੈ ਇਹ ਜਿਹੜਾ ਵਾਹਿਗੁਰੂ ਸਿੰਘ ਸਾਡਾ ਸਰਗਰਮ ਮੈਂਬਰ ਹੈ ਬਹੁਤ ਚਿਰਾਂ ਤੋਂ ਸਾਡੇ ਨਾਲ ਜੁੜਿਆ ਹੈ ਇਹਦੇ ਨਾਲ ਹੱਥੋਂ ਪਾਈ ਹੋਈ ਇੱਕ ਨੈਸ਼ਨਲ ਕਮੇਟੀ ਦੇ ਮੁਲਾਜ਼ਮਾਂ ਨੇ ਇਹਨੇ ਦਰਖਾਸਤ ਦਾ ਪਤਾ ਲੈਣ ਆਇਆ ਸੀਗਾ ਇਹਨਾਂ ਦੀ 30/8/22 ਦੀ ਦਰਖਾਸਤ ਦਿੱਤੀ ਵੀ ਸੀ ਉਸ ਦਾ ਪਤਾ ਕਰਨ ਆਇਆ ਸੀਗਾ ਉਹਦਾ ਪਤਾ ਕਰਨ ਆਏ ਨੂੰ ਇਹਨਾਂ ਨੇ ਬਦ ਸ਼ਬਦ ਬੋਲੇ ਅਤੇ ਇਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਤੁਸੀਂ ਧਰਨਾ ਲਾ ਲੈਂਦੇ ਹੋ ਚੱਕ ਲੈਂਦੇ ਹੋ ਪੈਸੇ ਲੈ ਕੇ ਇਹਨਾਂ ਨੇ ਇਹ ਵੀ ਕਿਹਾ ਵੀ ਦੱਸੋ ਸਾਡੇ ਨਾਲ ਸਬੂਤ ਕਰੋ ਵੀ ਕਿਹਤੋਂ ਪੈਸੇ ਲੈ ਗਏ ਅਤੇ ਅਸੀਂ ਹੁਣ ਇਹ ਮੰਗ ਕਰਦੇ ਹਾਂ ਵੀ ਜਿਹੜਾ ਉਹ ਜਈ ਹੈ ਉਹਨੂੰ ਪਹਿਲੀ ਗੱਲ ਤਾਂ ਸਸਪੈਂਡ ਕਰਿਆ ਜਾਵੇ ਨਹੀਂ ਬਣਦੀ ਕਾਰਵਾਈ ਉਹ ਤਾਂ ਹੋਈ ਹੋਵੇ ਜਿੰਨਾ ਚਿਰ ਕਾਰਵਾਈ ਉਹ ਤਾਂ ਨਹੀਂ ਹੁੰਦੀ ਉਨਾ ਚਿਰ ਅਸੀਂ ਉਹਦਾ ਖਹਿੜਾ ਨਹੀਂ ਛੱਡਾਂਗੇ ਅਸੀਂ ਹੁਣ SSP ਸਾਹਿਬ ਦੇ ਜਾਵਾਂਗੇ ਕੱਲ੍ਹ ਵੀ ਮਿਲੇ ਸੀ ਉਹਨਾਂ ਨੂੰ ਮਿਲ ਕੇ ਆਪਦਾ ਜਿਹੜਾ ਮੰਗ ਪੱਤਰ ਉਹ ਵੀ ਦੇਵਾਂਗੇ ਅਤੇ ਉੱਥੇ ਘੰਟਾ ਅਸੀਂ ਲਾਵਾਂਗੇ ਵੀ ਧਰਨਾ ਵੀ ਲਾਵਾਂਗੇ ਸਾਡੀ ਇੱਕ ਤੁਹਾਡੇ ਨਾਲ ਸਾਫ਼ ਤੁਹਾਨੂੰ ਵੀ ਬੇਨਤੀ ਹੈ ਕਿ ਅਸੀਂ ਸੱਚ ਦੇ ਪੁਜਾਰੀ ਹਾਂ ਸਾਡੀ ਗੱਲ ਜਿਹੜੀ ਸੱਚੀ ਹੈ ਉਹ ਬਾਹਰ ਲਿਜਾਈ ਜਾਵੇ ਅਤੇ ਅਸੀਂ ਕੱਲ੍ਹ ਮਾਨਯੋਗ SSP ਦੇ ਹੁਕਮਾਂ 'ਤੇ ਪਹਿਲਾਂ ਉਹਨਾਂ ਨੂੰ ਮਿਲੇ ਸੀ DC ਸਾਹਿਬ ਇਹਨੂੰ SSP ਦੇ ਹੁਕਮਾਂ 'ਤੇ DSP ਸਾਹਿਬ ਨੂੰ ਮਿਲੇ ਸਾਨੂੰ ਉਹਨਾਂ ਦਾ ਰਵੱਈਆ ਠੀਕ ਨਹੀਂ ਲੱਗਿਆ ਤਾਂ ਅਸੀਂ ਦੁਬਾਰਾ ਉਸ ਰੋਸ ਵਜੋਂ SSP ਸਾਹਿਬ ਕੋਲ ਗਏ ਉਹਨਾਂ ਨੇ ਦੱਸਿਆ ਪ੍ਰਾਈਮਾ ਫੇਸੇ ਕੇਸ ਹੈ ਇਹਦਾ ਪਰਚਾ ਹੁਣੇ ਹੋਣਾ ਬਣਦਾ 6 ਦਿਨ ਹੋ ਗਏ ਪਰਚਾ ਨਹੀਂ ਕੀਤਾ ਇਹ ਨੈਗਲੀਜੈਂਸੀ ਹੈ ਫਿਰ ਇਹਦਾ ਮਤਲਬ ਬਣਦਾ ਇਹ ਹੈ ਕਿ ਜਿਹੜੇ ਸੰਬੰਧਿਤ ਕਰਮਚਾਰੀ ਹੈ ਜਿਨ੍ਹਾਂ ਨੇ ਅੱਜ ਤੱਕ ਨੈਗਲੀਜੈਂਸੀ ਕੀਤੀ ਉੱਥੇ ਪਰਚਾ ਕਿਉਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਆਪਣੇ ਆਪ ਉਹ ਆਇਆ ਆਪਣੇ ਆਪ ਆਪਣੀ ਇਨੋਵਾ ਗੱਡੀ ਦੇ ਵਿੱਚ ਉਹ ਇੱਥੋਂ ਗਿਆ ਜਿਹੜੇ ਉਹਨੇ ਇਹ ਇਲਜ਼ਾਮ ਲਾਏ ਨੇ ਇਹ ਸਰਾਸਰ ਗਲਤ ਨੇ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿਸੇ ਭਰੋਸੇਯੋਗ ਬੰਦੇ ਤੋਂ ਵੀ ਇਹਨੇ ਰਾਹ ਦੇ ਵਿੱਚ ਕੋਈ ਆਪਣੇ ਆਪ ਸੈਲਫ ਇੰਜਰੀ ਕਰਕੇ ਹਸਪਤਾਲ ਦੇ ਵਿੱਚ ਹੀ ਦਾਖਲ ਹੋਇਆ।